हाँ जी दर्शकों, तुहाडी जानकारी लई असीं दसना चाहुंदे आ, इस टाइम आपां खड़े हाँ जी हलका भलथ दा पिंड हैगा जी चकावां, जिथे बीते दिन ही इत्थों दे पिंड वासियां दी जो शिकायतां सी उस नूं मुख रखदिआं होइआं पिंड दे जिहड़े मौजूदा सरपंच ने उह वी साडे नाल इस टाइम खलोते ने। जिहड़े इत्थे दे हालात सी उही तुहानूं असीं दसणा चाहांगे। जिहड़े इत्थे पहलां दे हालात सी बड़े ही माड़े ते बत्तर हालात सी। पहलां तुसीं वीडियो साडी देखी होएगी, जे आपां हुण दी गल करिए हुण वी तुसीं वेख सकदे हो पिंड दे मौजूदा जिहड़े सरपंच साहब ने उहनां वल्लों इत्थे काम कीते करवाए जा रहे ने। ਇਹ ਜੋ ਕੰਮ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ, ਸਾਡੀ ਸਹਿਯੋਗ ਨਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਪਿੰਡ ਦੇ ਵਿੱਚ ਜਿਹੜੀ ਚਗਾਵਾਂ ਦੀ ਬਾਰ ਬਾਰ ਜਿਹੜੀ ਫਿਰਨੀ ਹੈ ਉਸ ਦੇ ਥਾਂ 'ਤੇ ਇਹ ਕੰਮ ਕੀਤੇ ਜਾ ਰਹੇ ਨੇ। ਜੇ ਆਪਾਂ ਪਹਿਲਾਂ ਹਾਲਾਤਾਂ ਦੀ ਗੱਲ ਕਰੀਏ ਤੁਹਾਨੂੰ ਜਾਣੂ ਕਰਾਵਾਂਗੇ ਕਿ ਇੱਥੇ ਜਿਹੜੇ ਮੀਂਹ ਕਣੀ ਦਾ ਜਦੋਂ ਟਾਈਮ ਹੁੰਦਾ ਸੀ, ਜਦੋਂ ਮੀਂਹ ਕਣੀ ਆਉਂਦੀ ਸੀ ਤਾਂ ਬੜੇ ਹੀ ਮਾੜੇ ਹਾਲਾਤ ਹੋ ਜਾਂਦੇ ਸੀ ਅਤੇ ਪਾਣੀ ਗੋਡੇ ਗੋਡੇ ਖੜ੍ਹਾ ਹੋ ਜਾਂਦਾ ਸੀ, ਜੋ ਕਿ ਸਾਡੇ ਬਾਜੀਗਰ ਬਸਤੀ ਦੇ ਜਿਹੜੇ ਲੋਕ ਨੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਮੱਛੇ ਬੜੇ ਮਾੜੇ ਹਾਲਾਤ ਨੇ, ਸਰਪੰਚ ਸਾਹਿਬ ਸਾਡੇ ਵੱਲ ਕੋਈ ਦੇਖਦੇ ਹੀ ਨਹੀਂ, ਮਦੀਆਂ 'ਤੇ ਧਿਆਨ ਨਹੀਂ ਦਿੰਦੇ। ਇਸ ਕਰਕੇ ਸਰਪੰਚ ਸਾਹਿਬ ਨੇ ਇਹੀ ਨਿਸ਼ਚੇ ਕੀਤਾ ਕਿ ਅਸੀਂ ਇਸ ਨੂੰ ਕਵਰ ਕਰਕੇ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਨੰਬਰਦਾਰ ਪਿੰਡ ਚੁਗਾਵਾਂ ਤੋਂ ਬੇਨਤੀ ਆ ਵੀਰ ਜੀ ਵੀ ਜਦੋਂ ਦੀ ਹੁਣ ਗਰਾਂਟਾਂ ਮਿਲਣੀਆਂ ਸ਼ੁਰੂ ਹੋਈਆਂ ਸਰਕਾਰ ਵੱਲੋਂ, ਪਹਿਲਾਂ ਤਾਂ ਕੋਈ ਗਰਾਂਟ ਖਾਸ ਨਹੀਂ ਸੀ ਆਈ, ਹੁਣ ਹੀ ਗਰਾਂਟਾਂ ਮਿਲਣੀਆਂ ਸ਼ੁਰੂ ਹੋਈਆਂ ਅਤੇ ਆਪਣਾ ਜਿਹੜਾ ਮੇਨ ਸੀ ਪਿੰਡ ਦਾ ਕੰਮ ਸੀਵਰੇਜ ਦਾ, ਸਾਡੇ ਪਿੰਡ 3 ਛੱਪੜ ਪੈਂਦੇ ਨੇ ਅਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਬੱਤਰ ਸੀ। ਗਲੀਆਂ ਨਾਲੀਆਂ ਜਿਹੜੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਦਾ ਸੀ ਅਤੇ ਸੀਵਰੇਜ ਪੈਣ ਦੇ ਨਾਲ ਜਿਹੜੀ ਸਾਡੇ ਪਿੰਡ ਦੀ ਮੇਨ ਸਮੱਸਿਆ ਸੀ ਪਾਣੀ ਦੀ, ਉਹ ਜਿਹੜੀ ਉਹਦਾ ਮਸਲਾ ਹੱਲ ਹੋ ਗਿਆ। ਪਰ ਜਦੋਂ ਦਾ ਸ਼ਮਸ਼ਾਨ ਘਾਟ ਬਣਿਆ ਉਦੋਂ ਦਾ ਇਹਦੀ ਕੋਈ ਡਿਵੈਲਪਮੈਂਟ ਹੋਈ ਨਹੀਂ, ਕੋਈ ਸਰਕਾਰ ਵੱਲੋਂ ਕਿਸੇ ਵੀ ਸਰਕਾਰ ਵੱਲੋਂ ਕੋਈ ਗ੍ਰਾਂਟ ਸਾਨੂੰ ਮਿਲੀ ਨਹੀਂ ਸੀ, ਜਿਹਦੇ ਕਰਕੇ ਤਕਰੀਬਨ ਸਾਡੇ ਚਾਰੇ ਪਾਸੇ ਜਿੰਨੇ ਵੀ ਪਿੰਡ ਪੈਂਦੇ ਨੇ ਸਾਰਿਆਂ ਨੇ ਕੁਛ ਨਾ ਕੁਛ ਆਪਣਾ ਹੀਲਾ ਵਸੀਲਾ ਕਰਕੇ ਅਤੇ ਆਪਣੇ ਪਿੰਡਾਂ ਦੇ ਜਿਹੜੇ ਸ਼ਮਸ਼ਾਨ ਘਾਟ ਹੈ ਉਹਨਾਂ ਨੂੰ ਸਵਾਰ ਲਿਆ ਸੀ, ਉਹਨਾਂ ਦੀ ਦਿੱਖ ਜਿਹੜੀ ਸਵਾਰ ਲਈ ਸੀ। ਪਰ ਹੁਣ ਕੋਈ ਵੀ ਸਰਕਾਰ ਵੱਲੋਂ ਕੁਛ ਨਾ ਮਿਲਦਾ ਦੇਖ ਕੇ ਪਹਿਲਾਂ ਤੋਂ ਹੀ ਜਿਹੜੇ ਆਪਣੇ ਐਨ ਆਰ ਆਈ ਵੀਰ ਨੇ ਅਤੇ ਸਾਡੇ ਜਿਹੜਾ ਪਿੰਡ ਦਾ ਸਹਿਯੋਗ ਹੈ ਉਹਦੇ ਸਦਕਾ ਪਹਿਲਾਂ ਤਾਂ ਇਹ ਬਰਾਂਡਾ ਬਣਾਇਆ ਸੀ ਅਤੇ ਉਹਦੇ ਤੋਂ ਬਾਅਦ ਵਿੱਚ ਫਿਰ ਸਾਨੂੰ ਕੁਛ ਪੈਸੇ ਦੀ ਸਮੱਸਿਆ ਆਈ ਅਤੇ ਹੁਣ ਫਿਰ ਉਹਨਾਂ ਹੀ ਵੀਰਾਂ ਨੇ ਜਿਹੜੇ ਐਨ ਆਰ ਆਈ ਵੀਰ ਨੇ ਅਤੇ ਜਿਹੜੇ ਪਿੰਡ ਦੇ ਸੱਜਣ ਨੇ ਸਾਰਿਆਂ ਨੇ ਮਿਲ ਕਰਕੇ ਵੱਧ ਤੋਂ ਵੱਧ ਕਿਸੇ ਨੇ 10,000, ਕਿਸੇ ਨੇ 20,000, ਜਿੰਨੇ ਵੀ ਕਿਸੇ ਦੀ ਕਪੈਸਿਟੀ ਸੀ ਆਪਣੀ ਆਮਦਨ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਹਿੱਸਾ ਪਾਇਆ ਹੈ ਅਤੇ ਹੁਣ ਤੁਸੀਂ ਵੇਖ ਲਓ ਵੀ ਸਾਡੇ ਸ਼ਮਸ਼ਾਨ ਘਾਟ ਦੀ ਜਿਹੜੀ ਦੇਖ ਆ ਉਹ ਪਿੰਡ ਦੇ ਸਹਿਯੋਗ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਨਾਲ ਬਹੁਤ ਵਧੀਆ ਜਿਹੜਾ ਉਹਦਾ ਉਪਰਾਲਾ ਕਰਕੇ ਉਹਨੂੰ ਸਵਾਰ ਲਿਆ ਗਿਆ ਹੈ ਅਤੇ ਹੁਣ ਇੱਥੇ ਬਹਿਣ ਖਲੋਣ ਨੂੰ ਜਗ੍ਹਾ ਬਣ ਗਈ ਆ। ਅੱਗੇ ਤਾਂ ਇੱਥੇ ਖਲੋਣ ਨੂੰ ਵੀ ਦਿੱਕਤ ਆਉਂਦੀ ਸੀ ਵੀ ਬੜੇ ਬੂਟੀ ਉੱਗਦੀ ਸੀ ਜਾਂ ਕੰਢੇ ਉੱਗ ਪੈਂਦੇ ਸੀ ਅਤੇ ਹਰ ਵਾਰੀ ਜਦੋਂ ਵੀ ਕੋਈ ਸੰਸਕਾਰ ਕਰਨਾ ਹੁੰਦਾ ਸੀ ਤਾਂ ਪਹਿਲਾਂ ਲੇਬਰ ਲਾ ਕੇ ਅਤੇ ਇਹਦੀ ਸਫਾਈ ਕਰਾਉਣੀ ਪੈਂਦੀ ਸੀ ਅਤੇ ਫਿਰ ਇੱਥੇ ਸੰਸਕਾਰ ਹੁੰਦਾ ਸੀ। ਹੁਣ ਇਹ ਉਜਾੜ ਤੋਂ ਹੁਣ ਬਹੁਤ ਵਧੀਆ ਬਹਿਣ ਖਲੋਣ ਦੀ, ਭਾਵੇਂ ਇੱਥੇ ਆਣ ਕੇ ਬੱਚੇ ਖੇਡਣ, ਭਾਵੇਂ ਇੱਥੇ ਆਣ ਕੇ ਬਹਿਣ, ਕੋਈ ਜਿੱਦਾਂ ਮਰਜ਼ੀ ਕੋਈ ਬਵੇ, ਕੋਈ ਡਰ ਨਹੀਂ, ਕੋਈ ਸੱਪ ਦਾ ਨਹੀਂ, ਕੋਈ ਕੀੜੇ ਦਾ ਨਹੀਂ ਅਤੇ ਵਧੀਆ ਸਵਾਰਿਆ ਗਿਆ ਥਾਂ। ਹੁਣ ਹੋਰ ਵੀ ਸਾਡੇ ਬਾਬਾ ਜੀ ਇੱਥੇ ਖਲੋਤੇ ਨੇ, ਉਹਨਾਂ ਨੇ ਗੱਲਬਾਤ ਕਰਕੇ ਉਹ ਕੀ ਕਹਿਣਾ ਚਾਹਣਗੇ? ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਸਾਰੀ ਪਿੰਡ ਵਾਸੀਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਸਾਡੇ ਸਰਦਾਰ ਛਬੇਕ ਸਿੰਘ ਸਰਪੰਚ ਸਾਹਿਬ ਨੇ ਕੰਮ ਕਰਵਾਤਾ ਨਾ, ਇਹ ਜਿਉਂ ਹਿੰਦੁਸਤਾਨ ਪਾਕਿਸਤਾਨ ਸਾਡੇ ਬਣਿਆ ਇਹ ਕਿਸੇ ਸਰਪੰਚ ਨੇ ਇੰਨਾ ਕੰਮ ਨਹੀਂ ਕਰਵਾਇਆ। ਜਿਹੜਾ ਇਹਨੇ ਉੱਠ ਕੇ ਇਹ ਕੰਮ ਜਿਹੜਾ ਪਾਣੀ ਦੇ ਨਿਕਾਸ ਦਾ ਨਾ ਬਹੁਤ ਵੱਡਾ ਕੰਮ ਸੀ, ਇਹਨੇ ਕੰਮ ਕਰਵਾ ਕੇ ਸਾਰਾ ਨੇਪਰੇ ਚੜ੍ਹਾ ਦਿੱਤਾ। ਅਤੇ ਸਭ ਤੋਂ ਪਹਿਲਾਂ ਇਹ ਸਰਪੰਚ ਸਾਹਿਬ ਦੀ ਮੈਂ ਇੰਨੀ
देखो धन्यवाद कर सदा जिन्ना भी मेरे को हो सकता जिन्हें साढ़े पिंड का पूरा गंद कढ के 3 किलोमीटर से पहुँचाता। तो मैं इस सरपंच साहब का संधु साहब का बहुत बहुत धन्यवाद करदा। मैं कोई एडा बुलारा नहीं, मैं तो 2-4 ही बचन करने हैं ये सरपंच साहब के, यदा ही धन्यवाद करना। बाकी ये सरपंच साहब का भी धन्यवाद, ये साढ़े पिंड चगाने का भी धन्यवाद जिन्हां सारे ने सरपंच साहब के नाल तुर के मोढ़े ना मोढ़ा जोड़ के ते सारा साडा पानी का निकास 3 किलोमीटर से पहुँचाता।